ਮਨੀਲਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੋਗਾ ਦੇ ਪਿੰਡ ਕੜਿਆਲ ਦੇ ਨੌਜਵਾਨ ਗੁਰਪੇਜ ਸਿੰਘ ਦੀ ਜਿਸ ਦੀ ਉਮਰ 26 ਸਾਲ ਦੀ ਸੀ ਮੌਤ ਹੋ ਗਈ ਹੈ। ਘਰ ਦੀ ਆਰਥਿਕ ਤੰਗੀ ਕਾਰਨ ਉਹ 4 ਮਹੀਨੇ ਪਹਿਲਾਂ ਛੋਟੇ ਭਰਾ ਕੋਲ ਰੁਜ਼ਗਾਰ ਦੀ ਭਾਲ ਵਿੱਚ ਮਨੀਲਾ ਗਿਆ ਹੋਇਆ ਸੀ। ਗੁਰਪੇਜ ਦੇ ਪਿਤਾ ਮੇਜਰ ਸਿੰਘ ਨੇ ਬੀਤੀ 19 ਦਸੰਬਰ ਨੂੰ ਗੁਰਪੇਜ ਕੰਮ ਤੋਂ ਪਰਤਿਆ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ 25 ਦਸੰਬਰ ਨੂੰ ਉਸ ਦੀ ਮੌਤ ਹੋ ਗਈ। ਉਹਨਾਂ ਦੁਖੀ ਮਨ ਨਾਲ ਆਖਿਆ ਕਿ ਆਰਥਿਕ ਤੰਗੀ ਕਾਰਨ ਉਹਨਾਂ ਜ਼ਮੀਨ ਵੇਚ ਕੇ ਗੁਰਪੇਜ ਨੂੰ ਰੁਜ਼ਗਾਰ ਦੀ ਭਾਲ ਵਿੱਚ ਮਨੀਲਾ ਭੇਜਿਆ ਸੀ। ਪੀੜਿਤ ਪਰਿਵਾਰ ਨੇ ਸੂਬਾ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹਨਾਂ ਦੇ ਮ੍ਰਿਤਕ ਪੁੱਤਰ ਦੀ ਲਾਸ਼ ਨੂੰ ਪਿੰਡ ਲਿਆਇਆ ਜਾਵੇ ਤਾਂ ਜੋ ਉਹ ਉਸਦਾ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਸਕਣ। ਇਹ ਤਕਰੀਬਨ ਜੀ 4 ਕੁ ਮਹੀਨੇ ਹੋ ਗਏ ਜੀ ਪਿੰਡੋਂ ਗਏ ਨੂੰ, ਅਤੇ ਛੋਟਾ ਭਾਈ ਜਿਹੜਾ ਉਹਨੂੰ 9 ਮਹੀਨੇ ਹੋ ਗਏ ਜੀ ਗਏ, ਅਤੇ ਉਦੋਂ ਬਾਅਦ ਮਤਲਬ ਇਹ 4 ਮਹੀਨੇ ਹੋ ਗਏ ਇੱਥੋਂ ਮਤਲਬ ਉੱਥੇ ਗਏ ਨੂੰ ਜੀ। ਕੰਮ ਤੋਂ ਆਉਂਦੇ ਸੀ, ਕੰਮ ਤੋਂ ਆਉਂਦੇ ਮੋਟਰਸਾਈਕਲ 'ਤੇ ਸੀਗੇ ਜੀ। ਰਾਹ 'ਚ ਕੋਈ ਪੁਲੀ ਬਣਦੀ ਸੀ ਅਤੇ ਉਹ ਮਤਲਬ ਕੋਈ ਬਾਰਿਸ਼ ਹੋਈ ਸੀ ਜੀ, ਅਤੇ ਪੁਲੀ ਦੇ ਨਾਲ ਇਹਦਾ ਮਤਲਬ ਮੋਟਰਸਾਈਕਲ ਟਕਰਾ ਗਿਆ ਜੀ। ਅਤੇ ਉੱਥੇ ਕੋਈ ਸਰੀਏ ਵਗੈਰਾ ਸੀ ਜੀ, ਉਹ ਜਿਹੜੇ ਇਹਦੇ ਮਤਲਬ ਮੂੰਹ 'ਤੇ ਜਿਹੜੇ ਫੇਸ 'ਤੇ ਉਹ ਖੁੱਬ ਗਏ। ਅਤੇ ਅਸੀਂ ਤਾਂ ਅਪੀਲ ਕਰਦੇ ਹਾਂ ਜੇ ਸਾਡੀ ਸਰਕਾਰ ਮਦਦ ਕਰੇ, ਹਾਂਜੀ, ਅਤੇ ਮਤਲਬ ਕਬੱਡੀ ਦੇ ਜਿਹੜੇ ਆ ਜੀ ਉਹ ਮਤਲਬ ਪਲੇਅਰ ਆ ਦੋਵੇਂ ਜੀ, ਹਾਂਜੀ, ਅਤੇ ਮਤਲਬ ਅਸੀਂ ਵੱਧ ਤੋਂ ਵੱਧ ਅਪੀਲ ਕਰਦੇ ਹਾਂ ਜੇ ਸਰਕਾਰ ਸਾਡੀ ਮਦਦ ਕਰੇ ਅਤੇ ਵੀ ਅਸੀਂ ਡੈਡ ਬਾਡੀ ਸਾਡੀ ਇੱਥੇ ਪਹੁੰਚ ਜਾਈਏ।